ਹਾਂਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਰਮਾ ਆਪਣਾ ਇਸ ਨਰਮੇ ਦੀ ਖਾਸ ਗੱਲ ਇਹ ਹੈ ਵੀ ਇਹਨੂੰ ਕੋਈ ਵੀ ਸਿਲਰ ਨਹੀਂ ਲੱਗਿਆਗਾ ਇੱਕ ਵਾਰੀ ਵੀ ਆਪਾਂ ਮਤਲਬ ਸਿਲਰ ਨਹੀਂ ਮਾਰੇ ਇਹਦੇ ਵਿੱਚ ਨਾ ਹੀ ਇਹਨੂੰ ਵਾਇਆ ਵਾਣ ਨੂੰ ਪਹਿਲਾਂ ਬੀਜਣ ਤੋਂ ਪਹਿਲਾਂ ਤੇ ਇੱਥੋਂ ਤੱਕ ਵੀ ਤੂੜੀ ਵੀ ਨਹੀਂ ਬਣਾਈ ਗਈ ਆਪਾਂ ਤਾਂ ਇਸ ਬਾਰੇ ਜਾਣਕਾਰੀ ਦੇਵਾਂਗੇ ਨਰਮਾ ਬਹੁਤ ਵਧੀਆ ਹੈ ਦੂਜੇ ਨਰਮੇ ਨਾਲੋਂ 21 ਹੈ 19 ਹੈ ਨਹੀਂਗਾ ਤੇ ਇਹਦਾ ਪੂਰਾ ਦੱਸਾਂਗੇ ਤੁਹਾਨੂੰ ਵੀ ਆਪਾਂ ਕਿਵੇਂ ਬੀਜਿਆ ਠੀਕ ਹੈ ਜੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਆਪਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨੂੰ ਜੇ ਤੁਸੀਂ ਨਹੀਂ ਕੀਤਾ ਆਪਾਂ ਹੋਰ ਵੀ ਇਹੋ ਜਿਹੇ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੁਹਾਡੇ ਵਾਸਤੇ ਤੇ ਇਹ ਆਪਣਾ ਨਰਮਾ ਹੈ ਜੀ ਪਾਸ-ਪਾਸ ਬੀਜਿਆ ਇਹਦਾ ਨਰਮੇ ਦਾ ਤੇ ਇਸ ਦੀ ਖਾਸ ਗੱਲ ਇਹ ਹੈ ਵੀ ਆਪਾਂ ਇਸ ਬਾਣ ਨੂੰ ਵਾਇਆ ਨਹੀਂ ਸੀ ਪਹਿਲਾਂ ਨਰਮਾ ਬੀਜਣ ਤੋਂ ਪਹਿਲਾਂ ਇਹ ਆਪਾਂ ਨਾ ਤਾਂ ਇੱਥੇ ਤਵੀਆਂ ਮਾਰੀਆਂ ਨਾ ਹਲ ਮਾਰੇ ਸਿੱਧਾ ਹੀ ਮੰਨ ਲਓ ਕਣਕ ਵੱਡੀ ਆ ਆਪਾਂ ਤੂੜੀ ਵੀ ਨਹੀਂ ਬਣਾਈ ਉਹਦੀ ਕਣਕ ਵੱਢ ਕੇ ਵਿੱਚ ਕਟਰ ਫੇਰਤਾ ਪਾਣੀ ਲਾ ਕੇ ਤੇ ਨਰਮਾ ਬੀਜਦਾ ਤੇ ਨਰਮਾ ਬਹੁਤ ਵਧੀਆ ਖੜਾ ਨਾ ਤਾਂ ਇਹਦੇ ਵਿੱਚ ਕਚਰਾ ਹੋਇਆ ਨਾ ਇਹਦਾ ਕੋਈ ਬਾਣ ਪੱਕਾ ਹੋਇਆ ਬਾਣ ਵੀ ਥਲੋਂ ਪੁੱਲ ਐ ਤੇ ਬਾਕੀ ਇਹਦੇ ਵਿੱਚ ਕੋਈ ਸੀਲਰ ਮਾਰਨ ਦੀ ਲੋੜ ਵੀ ਨਹੀਂ ਪਈ। ਵੈਸੇ ਤਾਂ ਸੀਲਰ ਚੱਲਣੇ ਵੀ ਨਹੀਂ ਸੀ ਕਚਰਾ ਬਹੁਤ ਸੀ। ਹੁਣ ਸਾਰਾ ਕਚਰਾ ਗਲ ਵੀ ਚੁੱਕਿਆ। ਤੇ ਇਹਦੀ ਇੱਕ ਗੱਲ ਹੋਰ ਖਾਸ ਹੈਗੀ ਇਹ ਵੀ ਪਿਛਲੇ ਸਾਲ ਵੀ ਨਹੀਂ ਬਾਇਆ ਗਿਆ ਸੀ ਬਾਣ। ਵੀ ਜਦੋਂ ਪਿਛਲਾ ਨਰਮਾ ਆਪਾਂ ਪੱਟਿਆ ਸੀਗਾ। ਉਦੋਂ ਨਰਮਾ ਪੱਟਿਆ ਨਹੀਂ ਸੀ ਆਪਾਂ ਸਿੱਧਾ ਕਟਰ ਫੇਰਤਾ ਸੀ। ਉਹਦੇ ਵਿੱਚ ਮਲਚਿੰਗ ਵਾਲੀ ਕਣਕ ਬੀਜਤੀ ਸੀ। ਮੰਨ ਕੇ ਚੱਲੋ ਵੀ ਦੋ ਸੀਜ਼ਨ ਹੋ ਗਏ ਇਹਦੇ ਵਿੱਚ ਹਲ ਤਾਂ ਮਾਰੇ ਹੀ ਨਹੀਂ ਨਾ ਤਵੀਆਂ ਮਾਰੀਆਂ। ਚੇੜੇ ਨਹੀਂ ਬਾਣਨ ਫਿਰ ਵੀ ਦੇਖ ਲੋ ਬਹੁਤ ਸ਼ਾਨਦਾਰ ਨਰਮਾ ਖੜਾ ਹੈ ਬਹੁਤ ਵਧੀਆ ਫਲ ਚੱਕੀ ਖੜਾ ਹੈ ਬਹੁਤ ਹੀ ਵਧੀਆ ਨਰਮਾ ਇਹ ਤਾਂ ਆਪਾਂ ਸ਼ੁਰੂ ਚੋਂ ਇੱਕ ਦੋ ਢੇਡੇ ਲਿਆਂਦੇ ਸੀ ਕੁਝ ਨੇਰਾ ਹੋ ਗਿਆ ਸੀ ਬੀਜ ਦੇ ਟਾਈਮ ਉੱਥੇ ਕੁਝ ਦੋਗੀਆਂ ਰਹਿ ਗਈਆਂ ਵੀ ਨਰਮਾ ਨਹੀਂ ਹੋ ਗਿਆ ਉੱਥੇ ਮਸ਼ੀਨ ਨਹੀਂ ਲੱਗੀ ਬਾਕੀ ਕਿਤੇ ਵੀ ਕੋਈ ਦਿੱਕਤ ਨਹੀਂ ਗਈ ਥੋੜੀਆਂ ਬੱਲਾਂ ਹੋਈਆਂ ਸੀ ਇਹਦੇ ਚੋਂ ਅਸੀਂ ਪੱਟਤੀਆਂ ਬਾਕੀ ਕੁਝ ਆਪਾਂ ਸਪੈਸ਼ਲ ਨਹੀਂ ਕੀਤਾ ਇਹਦੇ ਚ ਹਲੇ ਤਾਈਂ ਦੋ ਪਾਣੀ ਲਾਏ ਐ ਤੇ ਅਪਾ ਇਸ ਨੂੰ ਤੇਲੇ ਵਾਲੀ ਵੀ ਹਜੇ 21 ਸਪਰੇਅ ਕੀਤੀ ਹੈ ਨਿਊਟ੍ਰੀਸ਼ਨ ਵਾਲੀਆਂ ਤਿੰਨ ਸਪਰੇਅਾਂ ਕਰਤੀਆਂ ਤੇ ਬਹੁਤ ਵਧੀਆ ਫਲ ਹੈ ਤੇ ਬਹੁਤ ਵਧੀਆ ਹਾਈਟ ਹੈ ਲਗਭਗ 6.5-7 ਫੁੱਟ ਦੀ ਹਾਈਟ ਹੈ ਨਰਮੇ ਦੀ ਪੂਰਾ ਮਲਿਆ ਹੋਇਆ ਇਹਦੇ ਵਿੱਚ ਕੋਈ ਐਵੇਂ ਨਹੀਂ ਲੱਗਦਾ ਵੀ ਇਹਦੇ ਵਿੱਚ ਕੁਝ ਕੀਤਾ ਨਹੀਂ ਨਰਮਾ ਦੂਸਰੇ ਕਾਰੇ ਨਾਲੋਂ ਉੱਚਾ ਦੇਖਦਾ ਇਹ ਅੱਧੇ ਕਿ ਵਿੱਗੇ ਚ ਅਪਾ ਟ੍ਰਾਇਲ ਦੇ ਤੌਰ ਤੇ ਬੀਜਿਆ ਅੱਧੇ ਵਿੱਗੇ ਵਿੱਚ ਹੀ ਇਸ ਦੇ ਵਿੱਚ ਹੀ ਅਪਾ ਮਲਚਿੰਗ ਵਾਲੀ ਕਣਕ ਬੀਜੀ ਸੀ ਉਸੇ ਜਗ੍ਹਾ ਤੇ ਨਰਮਾ ਬੀਜਤਾ ਹਾਂ ਇਸ ਨਾਲ ਆਪਣਾ ਖਰਚਾ ਦੇਖੋ ਕਿੰਨਾ ਘਟ ਗਿਆ ਆਪਾਂ ਘੱਟ ਤੋਂ ਘੱਟ ਵੀ ਪਹਿਲਾਂ ਤਾਂ ਤੂੜੀ ਬਣਾਉਣੀ ਹੈ ਤੂੜੀ ਬਣਾਉਣ ਤੋਂ ਬਾਅਦ ਆਪਾਂ ਤਿੰਨ ਵਾਰੀ ਤਵੀਆਂ ਮਾਰਨੇ ਆ ਸੁੱਕੇ ਦੇ ਵਿੱਚ ਚਾਰ ਵਾਰੀ ਵਾਹਣਾ ਪੈ ਜਾਂਦਾ ਕਈ ਵਾਰੀ ਕਚਰਾ ਗਲੌਣ ਵਾਸਤੇ ਜਾਂ ਫਿਰ ਅੱਗ ਲਾਉਣੀ ਪੈਂਦੀ ਹੈ ਫਿਰ ਵੀ ਦੋ ਤਿੰਨ ਵਾਰੀ ਤਵੀਆਂ ਮਾਰਨੀਆਂ ਪੈਣੀਆਂ ਸੁੱਕੇ ਮਾਂਚ ਫਿਰ ਆਪਾਂ ਰੋਣੀ ਲਾ ਕੇ ਹਲ ਮਾਰਦੇ ਆ ਦੋ ਵਾਰੀ ਦੋ ਵਾਰੀ ਸੁਹਾਗਾ ਮਾਰਦੇ ਆ ਫਿਰ ਆਪਾਂ ਬੀਜਦੇ ਆ ਇਦੇ ਵਿੱਚ ਆਪਣਾ ਦੇਖ ਲਓ ਕਿੰਨਾ ਲਗਭਗ 1000 ਰੁਪਏ ਵਿੱਗੇ ਦਾ ਡੀਜ਼ਲ ਮਚਾ ਦਿੰਨੇ ਆਪਾਂ ਫੇਰ ਨਰਮਾ ਬੀਜਦੇ ਆਂ ਇਸ ਵਿੱਚ ਆਪਾਂ ਵੀ ਬੀਜਣਾ ਤਾਂ ਆਪਾਂ ਹੁੰਦਾ ਹੀ ਐ ਉਸ ਪੱਖੋਂ ਆਪਾਂ ਸਿਰਫ 1 ਲੀਟਰ ਡੀਜ਼ਲ ਮਚਾਇਆ ਉਹ ਵੀ ਕਟਰ ਮਾਰਿਆ ਸੀਗਾ ਤੇ ਇਹਦੀ ਇੱਕ ਹੋਰ ਬੈਨੀਫਿਟ ਆਪਾਂ ਨੂੰ ਇਹ ਐ ਵੀ ਜਿਹੜੀ ਤੂੜੀ ਸੀ ਵਾਣ ਦੀ ਤੂੜੀ ਨਹੀਂ ਬਣਾਈ ਆਪਾਂ ਉਹ ਸਾਰਾ ਲਾਂਗਾ ਵਾਣ ਦੇ ਵਿੱਚ ਰਹਿ ਗਿਆ ਤੇ ਉਹ ਗਲ ਵੀ ਗਿਆ ਤੇ ਉਹਦੇ ਕਾਰਨ ਵਾਣ ਬਹੁਤ ਪੋਲਾ ਪਿਆ ਬਿਨਾ ਬਾਈ ਤੁਸੀਂ ਵਾਣ ਬਹੁਤ ਪੋਲਾ ਪਿਆ ਤਾਂ ਆਪਾਂ ਕਹਿ ਸਕਦੇ ਆਂ ਵੀ ਬਹੁਤ ਤਾਕਤ ਵੀ ਪੈ ਗਈ ਬਾਣ ਦੇ ਵਿੱਚ ਵੀ ਮੰਨ ਲਓ ਜ਼ੀਰੋ ਖਰਚੇ ਨਾਲ ਹੀ ਲਗਭਗ ਆਪਾਂ ਨਰਮਾ ਬੀਜ ਲਿਆ ਤੁਹਾਨੂੰ ਵੀ ਦੇਖੋ ਤੁਹਾਨੂੰ ਦਿਖਾ ਦਈਏ ਵੀ ਬਹੁਤ ਵਧੀਆ ਬਾਣ ਦੀ ਸ਼ਕਲ ਵੀ ਵਧੀਆ ਬਣੀ ਪਈ ਹੈ ਖੇਤੀ ਸੁੱਕਦਾ ਵੀ ਨਹੀਂਗਾ ਜੇ ਆਪਾਂ ਕੇਰਾ ਪਾਣੀ ਲਾ ਦਈਏ ਦੂਜਾ ਬਾਣ ਸੁੱਕ ਜਾਂਦਾ ਉੱਥੇ ਧੁੱਪ ਪੈਂਦੀ ਸਿੱਧੀ ਤੇ ਇੱਥੇ ਆਪਣਾ ਕਚਰਾ ਹੁੰਦਾ ਉੱਤੇ ਪਾ ਕਰਕੇ ਬਾਣ ਸਲਾਬਾ ਰਹਿੰਦਾ ਤੇ ਅੱਜ ਬਹੁਤ ਵਧੀਆ ਨਰਮਾ ਖੜਾ ਹੈ ਠੀਕ ਹੈ ਜੀ ਕਿਸਾਨ ਵੀਰੋ ਥੋੜਾ ਜਆ ਆਪਾਂ ਨੂੰ ਮਿਹਨਤ ਕਰਦੀ ਰਹਿਣੇ ਚਾਹੀਦੀ ਹੈ ਵੀ ਆਪਣਾ ਤੇਲ ਦੇ ਰੇਟ ਬਹੁਤ ਵੱਧ ਗਏ ਤੇ ਬਿਨਾ ਬਾਈ ਵੀ ਆਪਾਂ ਨਰਮਾ ਬੀਜ ਸਕਦੇ ਆ ਏਡੀ ਕੋਈ ਖਾਸ ਗੱਲ ਨਹੀਂ ਜਿਵੇਂ ਕਿ ਆਪਾਂ ਮਲਚਿੰਗ ਵਾਲੀ ਕਣਕ ਬੀਜੀ ਸੀ ਉਹ ਤੇ ਵੀ ਬਹੁਤ ਘੱਟ ਖਰਚਾ ਹੋਇਆ ਸੀ ਤੇ ਹੁਣ ਆਪਾਂ ਨਰਮਾ ਬੀਜਿਆ ਇਹ ਵੀ ਮੰਨ ਲਓ ਜ਼ੀਰੋ ਖਰਚੇ ਨਾਲ ਹੀ ਬੀਜਤਾ ਤੇ ਬਹੁਤ ਸ਼ਾਨਦਾਰ ਹੈ ਏਡੀ ਕੋਈ ਗੱਲ ਨਹੀਂ ਹੁੰਦੀ ਵੀ ਬਾਲ ਵਾਣਸ ਮਾਰ ਕੇ ਆਪਾਂ ਬੀਜਾਂਗੇ ਫੇਰ ਹੀ ਹੋਣੀ ਹੈ ਫਸਲ ਫਸਲ ਲੱਗੇ ਦੀ ਹੁੰਦੀ ਹੈ ਜਿਵਾਨ ਦੇ ਵਿੱਚ ਆਪਣੇ ਚ ਤਾਕਤ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਿਸਾਨ ਵੀਰੋ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਹਰਬਾਨੀ